ਸਤਿ ਸ਼੍ਰੀ ਅਕਾਲ ਦੋਸਤੋ, ਦਸਵੀਂ ਅਤੇ ਬਾਰਵੀਂ ਦੇ ਨਤੀਜੇ ਅਤੇ ਪੇਪਰਾਂ ਨੂੰ ਲੈ ਕੇ ਇਸ ਵੇਲੇ ਦੋ ਵੱਡੀਆਂ ਅਹਿਮ ਖਬਰਾਂ ਸਾਹਮਣੇ ਆ ਰਹੀਆਂ ਹਨ। ਪਹਿਲਾਂ ਬਾਰਵੀਂ ਦੇ ਨਤੀਜੇ ਤਾਂ ਲਗਭਗ ਤਿਆਰ ਹਨ, ਪਰ ਫਿਰ ਦੇਰੀ ਹੋਣ ਦਾ ਕੀ ਕਾਰਨ ਹੈ? ਦੂਜਾ, ਦਸਵੀਂ ਅਤੇ ਬਾਰਵੀਂ ਦੇ ਕੁਝ ਵਿਦਿਆਰਥੀਆਂ ਦੇ ਪੇਪਰ ਅਗਸਤ ਮਹੀਨੇ ਵਿੱਚ ਕਰਵਾਏ ਜਾਣਗੇ। ਆਓ ਤੁਹਾਨੂੰ ਇਹਨਾਂ ਦੋਹਾਂ ਖਬਰਾਂ ਨੂੰ ਡਿਟੇਲ ਵਿੱਚ ਦੱਸਦੇ ਹਾਂ। ਦੋਸਤੋ, ਖਬਰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦਿਓ। ਆਓ ਵਧਦੇ ਹਾਂ ਖਬਰ ਵੱਲ। ਖਬਰ ਕੁਝ ਇਸ ਤਰ੍ਹਾਂ ਹੈ, CBSE ਨੇ ਬੁੱਧਵਾਰ ਨੂੰ ਸਕੂਲਾਂ ਦੇ 12ਵੀਂ ਜਮਾਤ ਦੇ ਨਤੀਜਿਆਂ ਨੂੰ ਅੰਤਿਮ ਰੂਪ ਦੇਣ ਲਈ ਸਮਾਂ ਹੱਦ 25 ਜੁਲਾਈ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਸਮਾਂ ਹੱਦ 22 ਜੁਲਾਈ ਸੀ। ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਦੱਸਿਆ ਹੈ ਕਿ ਪ੍ਰੀਖਿਆ ਨਤੀਜਾ ਤਿਆਰ ਕਰਨ ਦੀ ਅੰਤਿਮ ਮਿਤੀ ਨੇੜੇ ਆਉਣ ਕਾਰਨ ਇਸ ਕੰਮ ਵਿੱਚ ਲੱਗੇ ਅਧਿਆਪਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ ਅਤੇ ਗਲਤੀਆਂ ਕਰ ਰਹੇ ਹਨ। ਉਹ ਬੋਰਡ ਨੂੰ ਇਹ ਗਲਤੀਆਂ ਸਹੀ ਕਰਨ ਲਈ ਬੇਨਤੀਆਂ ਭੇਜ ਰਹੇ ਹਨ। CBSE ਸਕੂਲ ਦੇ ਅਧਿਆਪਕਾਂ ਸਾਹਮਣੇ ਆ ਰਹੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਇਸ ਲਈ ਅੰਤਿਮ ਮਿਤੀ 22 ਜੁਲਾਈ ਤੋਂ ਵਧਾ ਕੇ 25 ਜੁਲਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ। COVID-19 ਦੀ ਦੂਜੀ ਲਹਿਰ ਨੂੰ ਵੇਖਦਿਆਂ ਬੋਰਡ ਦੀ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਸਕੂਲਾਂ ਨੂੰ 10ਵੀਂ ਤੇ 12ਵੀਂ ਜਮਾਤ ਲਈ CBSE ਵੱਲੋਂ ਐਲਾਨੀ ਵੱਖਰੀ ਬਦਲਵੀ ਮੁਲਾਂਕਣ ਨੀਤੀ ਵਰਤੋਂ ਕਰਦਿਆਂ ਪ੍ਰੀਖਿਆ ਨਤੀਜੇ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪੜ੍ਹਾਈ ਵਿੱਚ ਤੁਹਾਨੂੰ ਆਉਂਦੇ ਹਨ ਡਾਊਟ ਤਾਂ 5 ਸੈਕਿੰਡ ਵਿੱਚ ਡਾਊਟ ਨੈਟ ਨਾਲ ਕਰੋ ਇਹਨਾਂ ਨੂੰ ਆਊਟ। ਬਸ ਸਵਾਲ ਦੀ ਫੋਟੋ ਖਿੱਚੋ, ਕ੍ਰੌਪ ਕਰੋ ਅਤੇ ਤੁਰੰਤ ਵੀਡੀਓ ਸੋਲੂਸ਼ਨ ਪਾਓ। ਫਿਰ ਚਾਹੇ ਤੁਹਾਡਾ ਸਵਾਲ ਫਿਜ਼ਿਕ, ਕੈਮਿਸਟਰੀ, ਮੈਥ, ਬਾਇਓਲੋਜੀ ਦਾ ਹੋਵੇ, CBSE UP, ਬਿਹਾਰ, ਮਹਾਰਾਸ਼ਟਰ ਜਾਂ ਫਿਰ ਕਿਸੇ ਵੀ ਸਟੇਟ ਬੋਰਡ ਦਾ ਹੋਵੇ, ਇਥੋਂ ਤੱਕ ਕਿ ਜਮਾਤ 6ਵੀਂ ਤੋਂ 12ਵੀਂ, IIT, JEE ਜਾਂ NEET ਦਾ ਸਵਾਲ ਹੋਵੇ, ਸਾਰੇ ਸਵਾਲਾਂ ਦੇ ਵੀਡੀਓ ਸੋਲੂਸ਼ਨ ਮਿਲਣਗੇ 5 ਸਕਿੰਟ ਤੇ ਤੁਹਾਨੂੰ ਡਾਊਟ ਨੈਟ ਐਪ ਤੇ। ਇਸ ਦੇ ਨਾਲ ਹੀ ਚੱਲ ਰਹੀ ਹੈ ਡਾਊਟ ਨੈਟ ਤੇ ਇੰਡੀਆ ਦੀ No. 1 ਡੇਲੀ ਆਨਲਾਈਨ ਕਲਾਸਿਸ, ਉਹ ਵੀ ਹਿੰਦੀ ਤੇ ਇੰਗਲਿਸ਼ ਮੀਡੀਅਮ ਵਿੱਚ, ਜਿੱਥੇ ਪੂਰਾ ਕੋਰਸ ਪੜਾਇਆ ਜਾ ਰਿਹਾ ਹੈ। ਅੱਜ ਹੀ ਇਹਨਾਂ ਕੋਰਸਾਂ ਦਾ ਹਿੱਸਾ ਬਣੋ ਅਤੇ ਡਾਊਟਨੈਟ ਐਪ ਇੰਸਟਾਲ ਕਰੋ। CBSE ਨੇ ਸਪਸ਼ਟ ਕੀਤਾ ਹੈ ਕਿ ਸਕੂਲਾਂ ਲਈ ਸਮਾਂ ਹੱਦ ਵਧਾਉਣ ਨਾਲ ਨਤੀਜਿਆਂ ਐਲਾਨਣ ਵਿੱਚ ਦੇਰੀ ਹੋਵੇਗੀ, ਜੋ ਕਿ 31 ਜੁਲਾਈ ਤੱਕ ਐਲਾਨੇ ਜਾਣੇ ਹਨ। ਸੋ ਦੋਸਤੋ, CBSE ਨੇ ਸਪਸ਼ਟ ਕਿਹਾ ਹੈ ਕਿ ਇਹ ਪਹਿਲੀ ਵਾਰੀ ਹੈ ਇੱਕ ਨਵੇਂ ਫਾਰਮੂਲੇ ਦੇ ਤਹਿਤ ਰਿਜ਼ਲਟ ਤਿਆਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅਧਿਆਪਕ ਬਹੁਤ ਜ਼ਿਆਦਾ ਤਣਾਅ ਦੇ ਵਿੱਚ ਹਨ, ਜਿਸ ਕਰਕੇ ਉਹ ਕੁਝ ਗਲਤੀਆਂ ਵੀ ਕਰ ਰਹੇ ਹਨ, ਜਿਸ ਦੇ ਚੱਲਦਿਆਂ ਉਹਨਾਂ ਨੇ ਅਧਿਆਪਕਾਂ ਨੂੰ ਨਤੀਜਾ ਅਪਲੋਡ ਕਰਨ ਦੀ ਪਹਿਲਾਂ 22 ਜੁਲਾਈ ਦੀ ਤਰੀਕ ਦਿੱਤੀ ਸੀ, ਜਿਸ ਨੂੰ ਹੁਣ ਵਧਾ ਕੇ 25 ਜੁਲਾਈ ਕਰ ਦਿੱਤਾ ਹੈ। ਉਹਨਾਂ ਦੇ ਕਹਿਣ ਮੁਤਾਬਿਕ ਲਗਭਗ ਨਤੀਜਾ ਤਿਆਰ ਹੈ, ਪਰ ਫਿਰ ਵੀ ਕੁਝ ਇੱਕ ਗਲਤੀਆਂ ਹੋਣ ਕਰਕੇ ਇਸ ਵਿੱਚ ਦੇਰੀ ਹੋ ਰਹੀ ਹੈ। ਸੋ ਦੋਸਤੋ, ਹੁਣ ਜੇ 25 ਜੁਲਾਈ ਨੂੰ ਨਤੀਜੇ ਅਪਲੋਡ ਕਰਨ ਦੀ ਆਖਰੀ ਤਰੀਕ ਸਕੂਲਾਂ ਨੂੰ ਦੇ ਦਿੱਤੀ ਗਈ ਹੈ, ਸੋ ਉਮੀਦ ਹੈ ਕਿ 31 ਜੁਲਾਈ ਤੋਂ ਪਹਿਲਾਂ, ਯਾਨੀ ਕਿ 25 ਤੋਂ ਬਾਅਦ ਕਿਸੇ ਵੀ ਤਰੀਕ ਨੂੰ 12ਵੀਂ ਦੇ ਨਤੀਜੇ ਐਲਾਨੇ ਜਾ ਸਕਦੇ ਹਨ। ਸੋ ਦੋਸਤੋ, ਆਓ ਵਧਦੇ ਹਾਂ ਦੂਜੀ ਖਬਰ ਵੱਲ, ਜੋ ਕਿ ਹੈ 12ਵੀਂ, 10ਵੀਂ ਅਤੇ 12ਵੀਂ ਦੇ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਦੁਬਾਰਾ ਹੋਣ ਵਾਲੇ ਵਿਦਿਆਰਥੀਆਂ ਦੇ ਪੇਪਰ ਨੂੰ ਲੈ ਕੇ। CBSE ਨੇ ਕਿਹਾ ਹੈ ਕਿ ਪ੍ਰਾਈਵੇਟ ਵਿਦਿਆਰਥੀਆਂ ਲਈ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 16 ਅਗਸਤ ਤੋਂ 15 ਸਤੰਬਰ ਤੱਕ ਆਯੋਜਨ ਕੀਤੀਆਂ ਜਾਣਗੀਆਂ। ਬੋਰਡ ਨੇ ਰੈਗੂਲਰ ਵਿਦਿਆਰਥੀਆਂ ਲਈ ਬਦਲਵੀਂ ਮੁਲਾਂਕਣ ਨੀਤੀ ਦੇ ਆਧਾਰ ਤੇ ਪ੍ਰਾਈਵੇਟ ਉਮੀਦਵਾਰਾਂ ਦੇ ਨਤੀਜੇ ਐਲਾਨਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਨਾ ਤਾਂ ਸਕੂਲਾਂ ਅਤੇ ਨਾ ਹੀ CBSE ਕੋਲ ਇਹਨਾਂ ਵਿਦਿਆਰਥੀਆਂ ਲਈ ਕੋਈ ਪਿਛਲਾ ਮੁਲਾਂਕਣ ਰਿਕਾਰਡ ਹੈ। ਸੋ ਦੋਸਤੋ, ਇਹ ਜਿਹੜੇ ਵਿਦਿਆਰਥੀ ਜਿਨ੍ਹਾਂ ਨੇ ਪ੍ਰਾਈਵੇਟ ਸਟੱਡੀ ਚੁਣੀ ਸੀ, ਉਹਨਾਂ ਦੇ ਪੇਪਰ 16 ਅਗਸਤ ਅਤੇ 15 ਸਤੰਬਰ ਦੇ ਵਿਚਕਾਰ ਹੋਣਗੇ। ਪ੍ਰਾਈਵੇਟ ਸਟੂਡੈਂਟ ਵੀ ਸੋਚ ਰਹੇ ਸਨ ਕਿ ਸ਼ਾਇਦ ਉਹਨਾਂ ਨੂੰ ਵੀ 12ਵੀਂ ਦੇ ਬਾਕੀ ਵਿਦਿਆਰਥੀਆਂ ਦੀ ਤਰ੍ਹਾਂ ਪਾਸ ਕਰ ਦਿੱਤਾ ਜਾਵੇਗਾ, ਪਰ ਬੋਰਡ ਨੇ ਸਾਫ਼ ਨਾ ਕਰ ਦਿੱਤੀ ਹੈ, ਕਿਉਂਕਿ ਬੋਰਡ ਦੇ ਕੋਲ ਉਹਨਾਂ ਦੇ ਪਿਛਲਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਜ਼ਲਟ ਉਹਨਾਂ ਦੇ ਕੋਲ ਮੌਜੂਦ ਨਹੀਂ ਹੈ, ਨਾ ਤਾਂ ਸਕੂਲਾਂ ਕੋਲ ਹੈ ਅਤੇ ਨਾ ਹੀ CBSE ਕੋਲ ਹੈ, ਜਿਸ ਨੂੰ ਬਦਲਵੀਂ ਮੁਲਾਂਕਣ ਨੀਤੀ ਦੇ ਆਧਾਰ ਤੇ, ਯਾਨੀ ਕਿ ਅਸੈਸਮੈਂਟ ਦੇ ਨਾਲ ਜੋੜ ਕੇ ਉਹਨਾਂ ਦਾ ਨਤੀਜਾ ਤਿਆਰ ਕਰ ਸਕੇ। ਸੋ ਉਹਨਾਂ ਵਿਦਿਆਰਥੀਆਂ ਦੇ ਪੇਪਰ ਹੋਣਗੇ 16 ਅਗਸਤ ਤੋਂ 15 ਸਤੰਬਰ ਤੱਕ। ਸੋ ਇਹ ਪ੍ਰਾਈਵੇਟ ਵਿਦਿਆਰਥੀਆਂ ਦੇ ਲਈ ਬੁਰੀ ਖਬਰ ਹੈ, ਜੋ ਕਿ ਪਹਿਲਾਂ ਸੋਚ ਰਹੇ ਸਨ ਕਿ ਉਹਨਾਂ ਨੂੰ ਪਾਸ ਕਰ ਦਿੱਤਾ ਗਿਆ ਹੈ। ਸੋ ਦੋਸਤੋ, ਇਹ ਸੀ ਇਸ ਵੇਲੇ ਦੀ ਅਹਿਮ ਵੱਡੀਆਂ ਖਬਰਾਂ। ਜਲਦੀ ਹੀ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ।